ਮੈਂ 29 ਪਾਕ ਮੁਹੰਮਦ ਦਾ ਮੈਥੇ ਬਹੁ ਅਹਿਸਾਨ ਹਜ਼ੂਰ ਦੇ ਹਨ ਅੱਲਾ ਸਾਡੇ ਕਾਣ ਹਦੀਸ ਬਣਾਏ ਹਨ ਜੋ ਫਰਮਾਨ ਹਜ਼ੂਰ ਦੇ ਹਨ ਅਤੇ ਰੱਬ ਆਪ ਬੁਲਾਈਂਦਾ ਅਰਸ਼ਾਂ 'ਤੇ ਵੇਖੋ ਕਿਡੇ ਸ਼ਾਨ ਹਜ਼ੂਰ ਦੇ ਹਨ ਮੈਂ ਤਾਂ ਕੁਝ ਵੀ ਨਹੀਂ ਹਾਂ ਦੁਨੀਆ 'ਤੇ ਸਾਰੇ ਕਰਾਮ ਇਮਰਾਨ ਹਜ਼ੂਰ ਦੇ ਹਨ ਮੈਂ ਤਾਂ ਕੁਝ ਵੀ ਨਹੀਂ ਹਾਂ ਦੁਨੀਆ 'ਤੇ ਸਾਰੇ ਕਰਾਮ ਇਮਰਾਨ ਹਜ਼ੂਰ ਦੇ ਹਨ ਮਿਹਰਬਾਨੀ ਹਾਜੀ ਮੁਹੰਮਦ ਮਨਸ਼ਾ ਜਰੋਲਾ ਸਾਹਿਬ ਬਾਈ ਚੌਰੀ ਆਸਿਫ ਜੱਟ ਸਾਹਿਬ ਮਿਹਰਬਾਨੀ ਅੱਛਾ ਦੋਸਤੋ ਫਰਮਾਇਸ਼ਾਂ ਬੜੀਆਂ ਮੈਂ ਕੋਸ਼ਿਸ਼ ਕਰਸਾਂ ਫਰਮਾਇਸ਼ਾਂ ਪੂਰੀਆਂ ਕਰਾਂ ਬਾਕੀ ਲਿਸਟ ਬੜੀ ਲੰਮੀ ਹੈ ਇੱਕ ਬਿਲਕੁਲ ਅਪਲਾਈਡ ਫਾਰ ਸ਼ੇਅਰ ਬਾਈ ਮਜ਼ਰ ਕੰਜ ਮਾਰ ਮਜ਼ਰ ਕਲਾਸਨ ਸਾਹਿਬ ਬਿਲਖਸੂਸ ਤੇਰੀ ਨਜ਼ਰ ਸ਼ੇਅਰ ਕਰਦਾ ਪਿਆਂ ਬਈ ਵੱਡਾ ਦੁੱਖ ਬੇਲੀ ਨਿਖੜਨ ਦਾ ਘਾਟੂ ਹੋ ਜਿਹਾ ਕੋਈ ਇਨਸਾਨ ਉਸੀ ਘਾਟਾ ਸਾਜਿਆ ਆਇਆ ਜ਼ਿੰਦਗੀ ਵਿੱਚ ਪੂਰਾ ਕਦਨ ਕੋਈ ਇਹ ਨੁਕਸਾਨ ਉਸੀ ਅਤੇ ਬਸ ਲੇਖ ਦਾ ਲਿਖਿਆ ਮੰਨ ਲਿਆ ਹੈ ਇੰਜੇ ਰੱਬ ਸਾਈਂ ਦਾ ਫਰਮਾਨ ਉਸੀ ਬਸ ਲੇਖ ਦਾ ਲਿਖਿਆ ਮੰਨ ਲਿਆ ਹੈ ਇੰਜੇ ਰੱਬ ਸਾਈਂ ਦਾ ਫਰਮਾਨ ਉਸੀ ਉਹਦੇ ਬਾਅਦ ਇਮਰਾਨ ਨਹੀਂ ਦਿਲ ਲੱਗਣਾ ਭਾਵੇਂ ਕੰਡ ਦੇ ਮਗਰ ਜਹਾਨ ਉਸੀ ਉਹਦੇ ਬਾਅਦ ਇਮਰਾਨ ਨਹੀਂ ਦਿਲ ਲੱਗਣਾ ਭਾਵੇਂ ਕੰਡ ਦੇ ਮਗਰ ਜਹਾਨ ਉਸੀ ਬਿਲਕੁਲ ਇੱਕ ਸੀਨੀਅਰ ਸ਼ੁਰੂਆਤ ਇਜਾਜ਼ਤ ਲੈਂਦੇ ਹੋਏ ਹਾਂ ਰਾਜਾ ਸਾਹਿਬ ਮੇਰੀ ਫਰਮਾਇਸ਼ ਬੰਦੇ ਟੁਕੁਰ ਖਵਾਇਆ ਗਿਣ ਲੈਂਦੇ ਯਾਰ ਫਰਮਾਇਸ਼ ਉਸਤਾਦ ਜੀ ਬਹੁਤ ਹੈ ਚਲੋ ਜੀ ਬਾਈ ਮਾਰ ਅਲਿਆਸ ਕਲਾਸਨ ਸਾਹਿਬ ਦੀ ਫਰਮਾਇਸ਼ 'ਤੇ ਸ਼ੇਰ ਹੈ ਬਈ ਗੱਲਾਂ ਨਾਲ ਨਹੀਂ ਰਾਠ ਇਮਰਾਨ ਬਣੀਂਦਾ ਹੱਕਾਂ ਮਰਾਠਾਂ ਵਾਲੇ ਕਰਨੇ ਪਾਉਂਦੇ ਨ ਵੱਡੇ ਜਿਗਰੇ ਕਰਕੇ ਸੰਗਤਾਂ ਵਿੱਚ ਘਾਟੇ ਹੱਸ ਕੇ ਜਰਨੇ ਪਾਉਂਦੇ ਨ ਗੱਲ ਕਰਕੇ ਗੱਲ 'ਤੇ ਆੜ ਵੰਜਣਾ ਪੱਕੇ ਪੈਰ ਵੀ ਧਰਨੇ ਪਾਉਂਦੇ ਨ ਅਕਸੇ ਸੱਜਣ ਦੀ ਇੱਜ਼ਤ ਬਚਾਵਣ ਲਈ ਪੇੜ ਜਿੱਥੇ ਹੋਏ ਹਰਨੇ ਪਾਉਂਦੇ ਨ ਕਿਸੇ ਸੱਜਣ ਦੀ ਇੱਜ਼ਤ ਬਚਾਵਣ ਲਈ ਪੇੜ ਜਿੱਤੇ ਹੋਏ ਹਰਨੇ ਪਾਉਂਦੇ ਨ ਅਤੇ ਮੇਰਾ ਦੂਸਰਾ ਸ਼ੇਰ ਹੈ ਜਿਹੜਾ ਮੈਂ ਸ਼ੇਰ ਸੁਣਾਊਗਾ ਸੂ ਚਲੋ ਕਰ ਆਪਣਾ ਆਪ ਤਬਾਹ ਬਸੇ ਹਾਜੀ ਮਨਸ਼ਾ ਜਰੋਲਾ ਸਾਹਿਬ ਕਰ ਆਪਣਾ ਆਪ ਤਬਾਹ ਬਸੇ ਫੂਕਾ ਮਾਰ ਨਾ ਦੁੱਖ ਦੀ ਅੱਗ ਨੂੰ ਹਮੇ ਰਾਠ ਇਮਰਾਨਾ ਰਾਵੀ ਦਾ ਕੀ ਜਾਣਾ ਤੋਂ ਜੇ ਠੱਗ ਨੂੰ ਅਤੇ ਮੈਨੂੰ ਪੇੜ ਵਿੱਚ ਡੱਕਣ ਦਾ ਵੱਲ ਆਉਂਦਾ ਹੈ ਤੇਰੇ ਵਰਗੇ ਝੂਠੇ ਵਾਗ ਨੂੰ ਹੋਏ ਅਸਾਂ ਰਾਠਾਂ ਵਾਗ ਨਿਭਾਵਣੀ ਹੈ ਰੱਖ ਸਿਰ ਤੇ ਬਰਮ ਦੀ ਪੱਗ ਨੂੰ ਅਸਾਂ ਰਾਠਾਂ ਵਾਗ ਮਿਹਰਬਾਨੀ ਚੋਰੀ ਅਸਾਂ ਅਸਾਂ ਰਾਠਾਂ ਵਾਗ ਨਿਭਾਵਣੀ ਹੈ ਰੱਖ ਸਿਰ ਤੇ ਬਰਮ ਦੀ ਪੱਗ ਨੂੰ ਅਤੇ ਮੇਰੇ ਜਨਾਬ ਬਹੁਤ ਪਿਆਰੇ ਦੋਸਤ ਹਾਜੀ ਮੁਹੰਮਦ ਅਲੀਆ ਸਨਪਾਲ ਸਾਹਿਬ ਹਾਲ ਮੁਕੀਮ ਸਾਊਦੀ ਅਰਬ ਜਨਾਬ ਦੀ ਨਜ਼ਰ ਸ਼ੇਰ ਹੈ ਵੀ ਤੂੰ ਤਾਂ ਲੰਮੀਆਂ ਤਾਣ ਕੇ ਸਾਏ ਜਾਂਦਾ ਹੈ ਇਹਦੇ ਅੱਖੀ ਅੱਗੂ ਤਾਰੇ ਹੁੰਦੇ ਨ ਕੱਲਾ ਸਿੱਖ ਦੀ ਸੇਜ ਤੇ ਮੈਂ ਉਹਨਾਂ ਹੰਝੂ ਆਪ ਮੁਹਾਰੇ ਹੁੰਦੇ ਨ ਲੱਗੇ ਅੱਖ ਤਾਂ ਸੁਕੜੇ ਖਾਬਾਂ ਦੇ ਉਹ ਵੀ ਤੈ ਦੇ ਬਾਰੇ ਹੁੰਦੇ ਨ ਆਖੇ ਜਦਾਂ ਇਮਰਾਨ ਦੀਦਾਰ ਕਰਾਵਾ ਤੇਰੇ ਨਿਤ ਨਵੇਂ ਕਾਰੇ ਹੁੰਦੇ ਨ ਆਖੇ ਜਦਾਂ ਇਮਰਾਨ ਦੀਦਾਰ ਕਰਾਵਾ ਤੇਰੇ ਨਿਤ ਨਵੇਂ ਕਾਰੇ ਹੁੰਦੇ ਨ ਤੇ ਮੇਰਾ ਮੈਂ ਉਸਤਾਦ ਜੀ ਬਿਲਕੁਲ ਫਰਮਾਇਸ਼ਾਂ ਬਹੁਵੇਂ ਮੈਂ ਪੂਰੀਆਂ ਕਰਨਾ ਕੋਸ਼ਿਸ਼ ਜਲਦੀ ਮੈਂ ਇੱਕ ਸ਼ੇਅਰ ਸੁਣਾ ਰਿਹਾ ਜੀ ਤਮਾਮ ਸੀਨੀਅਰ ਸ਼ੁਰਾ ਤੋਂ ਜਿਹੜੇ ਇੰਨਾ ਮਹਿਸੂਸ ਨਹੀਂ ਕਰਨਾ ਸੀਨੀਅਰ ਸ਼ੁਰਾ ਇਜਾਜ਼ਤ ਲੈਂਦਿਆਂ ਇੱਕ ਸ਼ੇਅਰ ਸੁਣਾਵਾਂ ਬਈ ਜਿਹੜੇ ਮਾਜ਼ਰਤ ਸੀਨੀਅਰ ਸ਼ੁਰਾ ਤੋਂ ਬਈ ਜਿਹੜੇ ਕੱਲ੍ਹ ਤਾਈਂ ਮਸ਼ਵਰੇ ਲੈਂਦੇ ਹਨ ਅੱਜ ਉਹ ਸਮਝਾਵੇਂ ਲੱਗ ਪਏ ਹਨ ਹੋਏ ਇੰਨੇ ਕੱਖ ਜਿਤਨਾ ਨਹੀਂ ਕੁਝ ਨਾ ਪੱਲੇ ਐਵੇਂ ਆਪ ਨੂੰ ਚਾਵੇਂ ਲੱਗ ਪਏ ਹਨ ਤੇ ਹੈਰਾਨ ਇਮਰਾਨ ਬਹੁ ਸਾਰਾ
ਕਿਹੜੀ ਟੌਰ ਬਣਾਵੇਂ ਲੱਗ ਪੈਣ, ਚੰਦ ਸ਼ੇਰ ਲਿਖਾ ਕੇ ਸ਼ਹਿਰਾਂ ਤੂੰ ਬੰਦੇ ਸ਼ਹਿਰ ਸਦਾਵੇਂ ਲੱਗ ਪੈਣ। ਮਿਹਰਬਾਨੀ ਮਿਹਰਬਾਨੀ ਬਾਈ ਅਦੀਰ ਸਾਹਿਬ ਦੀ ਫਰਮਾਇਸ਼ ਆ ਗਈ ਹੈ ਬਾਈ ਸੋਸ਼ਲ ਮੀਡੀਆ ਦੇ, ਬਾਈ ਅਦੀਰ ਸਾਹਿਬ ਦੀ ਫਰਮਾਇਸ਼ ਆ ਗਈ ਹੈ ਬਾਈ ਜਿਹੜੇ ਕੱਲ੍ਹ ਤਾਈਂ ਮਸ਼ਵਰੇ ਲੈਂਦੇ ਹਨ ਉਹ ਅੱਜ ਸਮਝਾਵੇਂ ਲੱਗ ਪਏ ਹਨ। ਇੰਨੇ ਕੱਖ ਜਿਤਨਾ ਵੀ ਕੁਝ ਨਾ ਪੱਲੇ ਐਵੇਂ ਆਪ ਨੂੰ ਚਾਵੇਂ ਲੱਗ ਪਏ ਹਨ ਤੇ ਹੈਰਾਨ ਇਮਰਾਨ ਆ ਬਹੁ ਸਾਰਾ, ਕਿਹੜੀ ਟੌਰ ਬਣਾਵੇਂ ਲੱਗ ਪਏ ਹਨ, ਚੰਦ ਸ਼ੇਰ ਲਿਖਾ ਕੇ ਸ਼ਾਇਰਾਂ ਤੂੰ ਬੰਦੇ ਸ਼ਹਿਰ ਸਦਾਵੇਂ ਲੱਗ ਪਏ ਹਨ। ਮਿਹਰਬਾਨੀ ਮੇਰਾ ਮੁਸ਼ਾਇਰਾ ਹੋ ਗਿਆ ਬਈ ਸ਼ਹਿਜ਼ਾਦ ਅਹਿਮਦ ਸਾਹਿਬ ਜਰੋਲਾ ਚੱਕ ਨੰਬਰ 573 ਉਹਦੀ ਨਜ਼ਰ ਸ਼ੇਰ ਵੀ ਅੱਜ ਸਮੇਂ 'ਚ ਬਿਗਾਨਾ ਸੱਟ ਗੱਤੇ ਆਈ ਤੇਰੇ ਕਮਲਿਆ ਖੂਨ ਦੇ ਹਾਸੇ, ਜਿਹੜਾ ਤੇਰੇ ਵਹਿਮ ਗੁਮਾਨ 'ਚ ਨਾ ਸੀ ਉਸ ਮਜ਼ਮੂਨ ਦੇ ਹਾਸੇ, ਤੇ ਇਮਰਾਨ 'ਤੇ ਜਿਹੜਾ ਲਾਗੂ ਕੀਤਾ ਈ ਪਾਬੰਦ ਕਾਨੂੰਨ ਦੇ ਹਾਸੇ, ਔਰ ਤੈਨੂੰ ਲੋੜ ਆਈ ਫਰਦਿਆਂ ਸਜਣਾ ਦੀ ਅਸੀਂ ਛੰਡਕ ਭਰੂਣ ਦੇ ਹਾਸੇ, ਤੈਨੂੰ ਲੋੜ ਆਈ ਫਰਦਿਆਂ ਸਜਣਾ ਦੀ ਅਸੀਂ ਛੰਡਕ ਭਰੂਣ ਦੇ ਹਾਸੇ। ਮਾਰ ਆਮਿਰ ਵੈਣੀਵਾਲ ਸਾਹਿਬ ਔਰ ਅਮੀਨ ਵੈਣੀਵਾਲ ਸਾਹਿਬ ਔਰ ਬੂਟਾ ਬਾਈ ਜਨਾਬ ਆਫ ਦੁਨੀਆਪੁਰ ਤੋਂ ਜਨਾਬ ਦੀ ਨਜ਼ਰ ਸ਼ੇਰ ਲਫ਼ਜ਼ਾਂ ਤਵੱਜੋ ਕਰਨੀ ਹੈ ਬਈ ਮੈਂ ਇੱਥੇ ਅਗਲਾ ਬਖਤ ਰਾਜ ਹੁੰਦਾ ਨਾ ਸਖਤ ਮਿਜ਼ਾਜ ਬਣਾਇਆ, ਨਾ ਕਰਦੀ ਕਿਸਮਤ ਕੰਡ ਮੈਨੂੰ ਵਧਾ ਜੁੱਤੀਆਂ ਮੇਰੀਆਂ ਚਾਹਿਆ, ਤੇ ਅੱਜ ਹਾਂ ਹਾਲਾਤ ਦੀ ਜ਼ਾਤ ਦੇ ਵਿੱਚ ਨਹੀਂ ਤਾਂ ਆਖੇ ਚ ਰੱਖ ਨਾ ਪਾਇਆ, ਕਦੀ ਸਾਥ ਇਮਰਾਨ ਨਸੀਬ ਚ ਦਿੰਦਾ ਤੂੰ ਤਾਂ ਦਿੰਗੀ ਵਧਾ ਬੁਲਾਇਆ, ਕਦੀ ਸਾਥ ਜੀ ਮੈਂ ਜੀ 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 ਜਾਦ ਜੀ ਫਰਮਾਇਸ਼ਾਂ ਬੜੀ ਜਾਦ ਜੱਟ ਬਾਈ ਜਾਦ ਜੱਟ ਸਾਹਿਬ ਦੀ ਫਰਮਾਇਸ਼ ਸ਼ੇਰ ਹੈ ਬਈ ਜਿਹੜੇ ਜੀਂਦਿਆਂ ਵੇਖ ਤੇ ਨਹੀਂ ਰਾਜ਼ੀ ਪਿੱਛੇ ਮਰ ਗਿਆ ਯਾਦ ਕਰੇ ਸਨ, ਸੁਣ ਕੇ ਐਲਾਨ ਜਨਾਜ਼ੇ ਦਾ ਆਈਏ ਰੋ ਕੇ ਵੈਣ ਲਈ ਸਨ, ਕਿਹੜੇ ਲਈ ਸਨ ਕਿ ਸਾਥੂ ਬੋਲ ਹੋ ਗਈ ਸਾਨੂੰ ਮਾਫ ਚਾ ਕਰ, ਇਹ ਲਫ਼ਜ਼ ਇਮਰਾਨ ਦੁਰੇ ਸਨ ਉੱਠੀ ਤੋੜ ਮਨਾਵੇਣ ਆ ਗਏ ਹਾਂ ਹੱਥ ਬੰਨ ਕੇ ਆਪ ਅਖੇ ਸਨ। ਜੀ ਚੋਰੀ ਗੋਗਾ ਜੱਟ ਸਾਹਿਬ ਬਈ ਤੇਰੇ ਕੀਤੇ ਹੋਏ ਵਾਧੇ ਜ਼ਿੰਦਗੀ ਵਿੱਚ ਬੜੇ ਔਖੇ ਜ਼ੇਨ ਤੂੰ ਲਾਸਨ, ਚੰਗੀ ਕਾਇਨਾ ਨਾਲ ਗਰੀਬ ਦੇ ਕੀਤੀ ਇਹ ਵਹਿਮ ਜਨਾਬ ਨੂੰ ਖਾਸਨ, ਤੇ ਮੇਰੇ ਕੋਲ ਅਰਮਾਨ ਹਯਾਤੀ ਦੇ ਲੋਕ ਕਫਨ ਸੁਫੈਦ ਜਾਸਨ, ਤੈਨੂੰ ਉਸ ਵੇਲੇ ਕਦਰ ਇਮਰਾਨ ਦੀ ਹੋਸੀ ਜਦਾ ਲੋਕ ਜਨਾਜ਼ਾ ਚਾਸਨ। ਲੋਹ ਦੀ ਕਈ ਮਾਈਆ ਜਦਾ ਮੈਂ ਟੋਰ ਵਜਣਾ ਹੈ ਪਿਛਾ ਹਟਣਾ ਨਹੀਂ ਮਾਈਆ। ਜੀ ਫਰਮਾਇਸ਼ਾਂ ਬੜੀਆਂ ਲੇਕਿਨ ਦੋ ਫਰਮਾਇਸ਼ਾਂ ਮਾਜ਼ਰਤ ਨਾਲ ਦੋ ਫਰਮਾਇਸ਼ਾਂ ਪੂਰੀਆਂ ਕਰਨਾ ਉਸ ਤੋਂ ਬਾਅਦ ਮੈਂ ਬਿਲਕੁਲ ਸਟੇਜ ਛੱਡ ਦਿੰਦਾ। ਸਭ ਤੋਂ ਪਹਿਲਾਂ ਮੈਡਮ ਖੁਸ਼ਬੂ ਨਾਜ਼ ਸਾਹਿਬ ਬਿਲਖਸੂਸ ਤੇਰੀ ਨਜ਼ਰ ਸ਼ੇਰ ਬੈਠੇ ਇੱਥੇ ਮੰਨਿਆ ਬਖਤ ਅਰੂਜ ਤੇ ਹੈ ਤੇਰੇ ਨਾਲ ਜ਼ਮਾਨਾ ਹੋਇਆ, ਲੱਖਾਂ ਆਸ਼ਕ ਨੇ ਤੇਰੀ ਸੂਰਤ ਦੇ ਤੇਰਾ ਮੁਲਕ ਦੀਵਾਨਾ ਹੋਇਆ, ਤੇਰੇ ਨਾਂ ਦਾ ਹਰਦਿਆਂ ਹੋਠਾਂ ਤੇ ਇਮਰਾਨ ਤਰਾਨਾ ਹੋਇਆ, ਤਾਂ ਹੀ ਰਸ਼ ਨਹੀਂ ਮੁੱਕਦਾ ਰਿੰਦਾ ਦਾ ਤੇਰੀ ਅੱਖ ਮੈਂ ਖਾਨਾ ਹੋਇਆ, ਤਾਂ ਹੀ ਰਸ਼ ਨਹੀਂ ਮੁੱਕਦਾ ਰਿੰਦਾ ਦਾ ਸੌ ਡਾਲਿਆ ਸ਼ਾਕ ਮਾਰ ਸ਼ਾਕਰ ਸਾਹਿਬ ਬਿਲਕੁਲ ਇਨਾਮ ਦਾ ਹੱਕਦਾਰ ਹੈ। ਜੀ ਫਰਮਾਇਸ਼ਾਂ ਬੜੀਆਂ ਮਿਹਰਬਾਨੀ ਨਾਲ, ਲੇਕਿਨ ਮੈਂ ਆਖਰੀ ਸ਼ੇਅਰ ਹੁਣ ਕਰਦਾ ਪਿਆ ਬਾਈ ਸਾਬੇ ਡੋਗਰ ਸਾਹਿਬ ਚੌਧਰੀ ਆਸਿਫ ਜੱਟ ਸਾਹਿਬ ਸ਼ੇਅਰ 'ਤੇ ਤਵੱਜੋ ਕਰਨੀ ਬਿਲਕੁਲ ਮੇਰਾ ਆਖਰੀ ਸ਼ੇਅਰ ਫਰਮਾਇਸ਼ ਇਸ ਸ਼ੇਅਰ ਦੀ ਬੜੀ ਆ ਰਹੀ ਆਈ ਬਾਈ ਬੰਦੇ ਤਵੱਜੋ ਹੈ ਸਾਈਂ ਤਾੜੀ ਮਾਰਨਾ ਇੱਕ ਯਾਰ ਬਾਈ ਬੰਦੇ ਕਮਲੇ ਪਰਖ ਨਹੀਂ ਕਰ ਸਕਦੇ ਦੁੱਧ ਸਮੇਟ ਕੇ ਪਾਣੀ ਮਿਣ ਲੈਂਦੇ ਨੇ,
ਕਈ ਸੰਗਤ ਦੇ ਮਹਿਲ ਬਣਾਉਣ ਲਈ ਬੋਏ ਨਰਮ ਤੇ ਐਰੇ ਚਿਣ ਲੈਂਦੇ ਨੇ ਤੇ ਸਾਡਾ ਢੇਰ ਤਜਰਬਾ ਹੈ ਤੇ ਸਾਡਾ ਢੇਰ ਤਜਰਬਾ ਹੈ ਠੱਗ ਠੱਗਣ ਤੋਂ ਪਹਿਲੇ ਲਾ ਹੰਝੂਆਂ ਦੀ ਕਿਣ ਬਿਣ ਲੈਂਦੇ ਨੇ ਆਇਓ ਜਿਹਾ ਦੌਰ ਇਮਰਾਨ ਗਿਆ ਹੈ ਬੰਦੇ ਟੁੱਕਰ ਖਵਾਇਆ ਗਿਣ ਲੈਂਦੇ ਨੇ ਆਇਓ ਜਿਹਾ ਦੌਰ ਇਮਰਾਨ ਗਿਆ ਹੈ ਬੰਦੇ ਟੁੱਕਰ ਖਵਾਇਆ ਗਿਣ ਲੈਂਦੇ ਨੇ ਜੀ ਕਾਸਮ ਸਾਹਿਬ ਮਿਹਰਬਾਨੀ ਸ਼ੁਕਰੀਆ ਕਾਸਮ ਸ਼ੇਖ ਰਾਜੇ ਵਾਸਤੇ ਪੁਰਤ ਪਾਕ ਤਾਲੀਆਂ ਅਮਰ ਸਾਹਿਬ